ਸਤਿ ਸ਼੍ਰੀ ਅਕਾਲ ਫਰੈਂਡਸ, ਦਿਸ ਇਜ਼ ਪੀ ਡੀ ਸੀ ਸੁਪਰ ਸਟਾਰ, ਜਿਸ ਦੇ ਵਿੱਚ ਗਲੈਮਰ ਵੀ ਹੈ ਅਤੇ ਸਟਾਰਸ ਵੀ ਹਨ। ਅਤੇ ਮੈਂ ਹਾਂ ਤੁਹਾਡੀ ਆਪਣੀ ਹੋਸਟ ਅਤੇ ਦੋਸਤ ਬਲਜੀਤ ਕੌਰ ਚੌਹਲ, ਅਤੇ ਮੈਂ ਤੁਹਾਡੀ ਮੁਲਾਕਾਤ ਕਰਵਾਉਣੀ ਹਾਂ ਤੁਹਾਡੇ ਆਪਣੇ ਫੇਵਰੇਟ ਸੁਪਰ ਸਟਾਰਸ ਦੇ ਨਾਲ। ਜੀ ਹਾਂ, ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ, ਜਿਸ ਦਾ ਨਾਮ ਹੈ ਪੀ ਟੀ ਸੀ ਸੁਪਰ ਸਟਾਰ। ਦੋਸਤੋ, ਪੀ ਟੀ ਸੀ ਸੁਪਰ ਸਟਾਰ ਦੇ ਵਿੱਚ ਅੱਜ ਮੈਂ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਸੁਪਰ ਸਟਾਰ ਜੋ ਕਿ ਇੰਗਲੈਂਡ ਦੇ ਯੰਗੈਸਟ ਅਤੇ ਫੇਮਸ ਸਿੰਗਰ ਹਨ, ਜੈਜ਼ ਤਾਮੀ, ਜਿਨ੍ਹਾਂ ਨੇ ਕਿ ਆਪਣੀ 9 ਸਾਲ ਦੀ ਉਮਰ ਦੇ ਵਿੱਚ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ। ਹਾਲੀ ਉਹਨਾਂ ਦੀ ਉਮਰ ਕੋਈ ਬਹੁਤ ਜ਼ਿਆਦਾ ਨਹੀਂ ਹੈ, ਪਰ ਹਾਈ ਹੀਲ ਸੌਂਗ ਨੇ ਜਿਹੜਾ ਉਹਨਾਂ ਨੂੰ ਵਰਲਡ ਫੇਮਸ ਕਰ ਦਿੱਤਾ। ਅਤੇ ਆਓ ਫਿਰ ਮਿਲਦੇ ਹਾਂ ਜੈਜ਼ ਤਾਮੀ ਨੂੰ। ਜੈਜ਼ ਤਾਮੀ ਜੀ, ਵੈਲਕਮ ਟੂ ਆਰ ਸ਼ੋ ਪੀ ਟੀ ਸੀ ਸੁਪਰ ਸਟਾਰ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸਾਰਿਆਂ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਜੈਜ਼ ਤਾਮੀ ਜੀ, ਇਸ ਤੋਂ ਪਹਿਲੇ ਕਿ ਮੈਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਾਂ, ਅਤੇ ਉਸ ਤੋਂ ਪਹਿਲੇ ਸਾਡੀ ਅਤੇ ਸਾਡੇ ਸਾਰੇ ਦਰਸ਼ਕਾਂ ਦੀ ਐਕਸਾਈਟਮੈਂਟ ਹੈ ਕਿ ਜਿਹੜਾ ਤੁਹਾਡਾ ਸੁਪਰ ਡੁਪਰ ਹਿੱਟ ਸੌਂਗ ਜਿਹਨੇ ਤੁਹਾਨੂੰ ਵਰਲਡ ਦੇ ਵਿੱਚ ਫੇਮਸ ਬਣਾਇਆ, ਹਾਈ ਹੀਲਸ, ਉਹ ਸਾਨੂੰ ਸੁਣਾ ਦਿਓ। ਅੱਛਾ, ਲੱਕ ਤੜਕਦਾ ਜਾਵੇ ਤੇਰਾ, ਹਾਏ ਨਿੱਕ ਸੂਰੇ ਸਾਰਾ, ਉੱਚੀ ਹੱਡੀ ਹੀ ਆਦਾ, ਉੱਚੀ ਹੱਡੀ ਹੀ ਆਦਾ। ਦਿਲ ਫਿਸਲਦਾ ਜਾਵੇ ਤੇਰਾ, ਹਾਏ ਨਿੱਕ ਸੂਰੇ ਸਾਰਾ, ਉੱਚੀ ਅੱਡੀ ਹੀ ਆਦਾ, ਉੱਚੀ ਅੱਡੀ ਹੀ ਆਦਾ। ਵਾਓ, ਵੰਡਰਫੁਲ, ਰੌਕਿੰਗ। ਅੱਛਾ, ਹੁਣ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗੀ ਤੁਹਾਨੂੰ ਕਿ ਸ਼ੁਰੂਆਤ ਜਿਹੜੀ ਹੈ ਤੁਸੀਂ ਆਪਣੀ ਗਾਇਕੀ ਦੀ ਜਿਹੜੀ ਸੀ 9 ਸਾਲ ਦੇ ਵਿੱਚ ਕੀਤੀ, ਇੰਨੀ ਛੋਟੀ ਉਮਰ ਦੇ ਵਿੱਚ ਤੁਹਾਡੇ ਆਲੇ ਦੁਆਲੇ ਦਾ ਜਿਹੜਾ ਸੀ ਉਹ ਮਾਹੌਲ ਕਿਸ ਤਰ੍ਹਾਂ ਦਾ ਸੀ, ਕਿਹਨੇ ਤੁਹਾਨੂੰ ਇੰਸਪਾਇਰ ਕੀਤਾ? ਆਈ ਥਿੰਕ ਜਿਹੜਾ ਮੇਨ ਇੰਸਪੀਰੇਸ਼ਨ ਸੀ ਕਿ ਮੇਰੇ ਡੈਡੀ ਸੀਗੇ। ਅੱਛਾ, ਉਹਨਾਂ ਦਾ ਬਹੁਤ ਸ਼ੌਂਕ ਸੀਗਾ ਗਾਉਣ ਦਾ, ਬਾਕੀ ਪਹਿਲਾਂ ਵੀ ਗਾਉਂਦੇ ਵੀ ਹੁੰਦੇ ਸੀਗੇ, ਮਿਊਜ਼ੀਸ਼ੀਅਨ ਵੀ ਸੀਗੇ। ਸੋ ਉਸ ਤੋਂ ਮੇਰੇ ਜਿਹੜੇ ਪੂਰੇ ਘਰ ਦੇ ਵਿੱਚ ਮਾਹੌਲ ਸੀਗਾ, ਮਿਊਜ਼ਿਕ ਤਾਂ ਬਣਿਆ ਹੋਇਆ ਸੀਗਾ ਜੀ। ਵਾਓ, ਪਰ ਤੁਹਾਡੇ ਡੈਡ ਜਿੱਦਾਂ ਤੁਸੀਂ ਦੱਸਿਆ ਕਿ ਉਹ ਮਿਊਜ਼ਿਕ ਦੇ ਵਿੱਚ ਸੀਗੇ, ਬਹੁਤ ਹੀ ਫੇਮਸ ਸਿੰਗਰ ਸੀ, ਪਰ ਉਸਦੇ ਬਾਵਜੂਦ ਜਿਹੜੀ ਤੁਸੀਂ ਆਪਣੀ ਜਿਹੜੀ ਕਹਿੰਦੇ ਆ ਕਿ ਗੁਰੂ ਧਾਰਿਆ, ਉਹ ਇੰਗਲੈਂਡ ਤੋਂ ਹੀ ਧਾਰਿਆ, ਜਿਹੜੇ ਕਿ ਹੋਰ ਵੀ ਬਹੁਤ ਸਾਰੇ ਫੇਮਸ ਸਿੰਗਰਸ ਦੇ ਗੁਰੂ ਨੇ, ਇਹ ਕਿਵੇਂ? ਹਾਂਜੀ, ਮੇਰੇ ਡੈਡੀ ਜਿਹਨਾਂ ਤੋਂ ਸਿੱਖਦੇ ਹੁੰਦੇ ਸੀਗੇ। ਅੱਛਾ, ਉਹਨਾਂ ਦਾ ਨਾਂ ਹੈਗਾ ਉਸਤਾਦ ਅਜੀਤ ਸਿੰਘ ਮਤਲਾਸ਼ੀ ਜੀ, ਆਪਣੇ ਪਿੰਡ ਦੇ, ਆਪਣੇ ਸ਼ਹਿਰ ਦੇ ਰਹਿਣ ਵਾਲੇ, ਬਰਮਿੰਘਮ ਦੇ ਵਿੱਚ। ਸੋ ਉਸ ਤੋਂ ਮੇਰੀ ਸ਼ੁਰੂਆਤ ਹੋਈ, ਯਾਨੀ ਕਿ ਮੈਨੂੰ ਯਾਦ ਹੈ ਛੋਟੇ ਹੁੰਦੇ ਅਸੀਂ ਬੈਠੇ ਕਿ ਸਾਰੇ ਇਕੱਠੇ ਬੈਠੇ ਸੀ ਕਿ ਮੀ ਡੈਡ ਮੰਮ ਬ੍ਰਦਰ ਸਿਸਟਰ ਇਕੱਠੇ ਬੈਠੇ, ਡੈਡੀ ਮੈਨੂੰ ਕਹਿੰਦੇ ਕਿ ਇੱਕ ਗਾਣਾ ਸਾਰੇ ਤੋਂ ਸੁਣਨਾ, ਬ੍ਰਦਰ ਤੋਂ ਸੁਣਿਆ, ਸਿਸਟਰ ਤੋਂ ਸੁਣਿਆ, ਉਹ ਗੀਤ ਸੀਗਾ ਹਿੰਦੀ ਗੀਤ ਸੀਗਾ, ਉਹ ਸੀਗਾ ਦਿਲ ਕਿਉਂ ਧੜਕਤਾ ਹੈ, ਕਿਉਂ ਪਿਆਰ ਹੋਤਾ ਹੈ, ਸੀਨੇ ਮੇ ਦਰਦ ਯੇ ਦਿਲ ਬਾਰ ਬਾਰ ਹੋਤਾ ਹੈ, ਆਪਣਾ ਪਹਿਲਾ ਗੀਤ ਇਹ ਮੈਂ ਸਿੱਖਿਆ ਸੀ ਪਹਿਲਾ ਗੀਤ ਆਪਣਾ। ਉਸ ਤੋਂ ਇਸ ਗੀਤ ਤੋਂ ਫਿਰ ਮੈਂ ਆਪਣੀ ਸ਼ੁਰੂਆਤ ਕੀਤੀ ਹੈ ਆਪਣੇ ਉਸਤਾਦ ਜੀ ਦੇ ਨਾਲ, ਕਾਫੀ ਆਪਣੇ ਉਹਨਾਂ ਦੇ ਨਾਲ ਮੈਂ ਬੈਠੇ ਆ, ਬਾਕੀ ਰਿਆਜ਼ ਉਹਨਾਂ ਦੇ ਨਾਲ ਕਾਫੀ ਕੀਤਾ ਜੀ। ਉਸ ਤੋਂ ਬਾਅਦ ਜਿਹੜੀ ਸੀ ਤੁਸੀਂ ਮਤਲਬ ਕਲਾਸੀਕਲ ਸਿੰਗਿੰਗ ਲਈ ਜਿਹੜਾ ਸੀ ਉਹ ਤੁਸੀਂ ਇੰਡੀਆ ਦੇ ਵਿੱਚ ਆਏ, ਤੇ ਇਹ ਪਲੈਨਿੰਗ ਫਿਰ ਕਿੱਦਾਂ ਕੀਤੀ ਕਿ ਕਲਾਸੀਕਲ ਜਿਹੜਾ ਇੰਡੀਆ 'ਚ ਜਾ ਕੇ ਸਿੱਖਣਾ ਚਾਹੀਦਾ? ਦੇਖੋ, ਮੇਰੀ ਸ਼ੁਰੂਆਤ ਕਲਾਸੀਕਲ ਦੇ ਵਿੱਚ ਸੀਗੀ, ਉਹ ਜਿਸ ਮਤਲਬ ਸ਼੍ਰੀ ਉਹਨਾਂ ਦੇ ਮੈਨੂੰ ਕਲਾਸੀਕਲੀ ਮੇਰੀ ਸ਼ੁਰੂਆਤ ਮੇਰੀ ਕਰਾਏ, ਬਾਕੀ ਕੀਰਤਨ ਦਾ ਨਹੀਂ, ਕਾਫੀ ਉਹਨੂੰ ਪ੍ਰਭਾਵਿਤ ਕੀਤਾ, ਪਰ ਉਹਨਾਂ ਨੇ ਰੈਕਮੈਂਡ ਕੀਤਾ। ਮੈਂ ਉਸ ਵੇਲੇ 9-10 ਈਅਰਸ ਓਲਡ ਤੋਂ ਮੈਂ ਕਹਿਤਾ ਸੀ ਕਿ ਮੈਂ ਇੰਡੀਆ ਜਾਣਾ, ਇੰਡੀਆ ਜਾ ਕੇ ਮੈਂ ਰਹਿਣਾ, ਪੰਜਾਬੀ ਸੁਧਾਰਨੀ ਆਪਣੀ, ਬਾਕੀ ਲਿਖਣੀ ਪੜ੍ਹਨੀ ਸਿੱਖਣੀ ਆ, ਬਾਕੀ ਕਲਾਸੀਕਲ ਦਾ ਜਿਹੜਾ ਕੀ ਕਹਿੰਦੇ ਫਰਦਰ ਐਜੂਕੇਸ਼ਨ ਮੈਂ ਇੰਡੀਆ ਜਾ ਕੇ ਕਰਨਾ, ਕਰਕੇ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਇੱਥੇ ਰਹਿ ਕੇ ਸਕੂਨ ਮਿਲਦਾ, ਬਾਕੀ ਰਿਆਜ਼ ਦਾ ਟਾਈਮ ਵੀ ਬਹੁਤ ਹੈ, ਬਾਕੀ ਡਿਸਟ੍ਰੈਕਸ਼ਨਸ ਕੋਈ ਨਹੀਂ। ਸੋ ਇਸ ਕਰਕੇ ਉਸਤਾਦ ਜੀ ਨੂੰ ਰੈਕਮੈਂਡ ਕੀਤਾ, ਪ੍ਰੋਫੈਸਰ ਹਰੀਦੇਵ ਜੀ ਗੁਰਾਇਆ ਦੇ ਰਹਿਣ ਵਾਲੇ, ਉਹਨਾਂ ਤੋਂ ਮੈਂ ਕਾਫੀ ਸਿੱਖਿਆ ਲਿੱਤੀ ਉੱਥੋਂ। ਫਿਰ ਮੈਂ ਕਾਫੀ ਟ੍ਰੇਨਿੰਗ ਲਈ, ਮੈਂ ਆਪਣੇ ਉਸਤਾਦ ਜੀ ਆਪਣੇ ਪੰਜਾਬ ਵਾਲੇ ਉਸਤਾਦ ਜੀ ਤੋਂ, ਯਾਨੀ ਕਿ ਪੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਤੋਂ ਮੈਂ ਉਹਨਾਂ ਨੇ ਮੇਰਾ BA ਕਰਾਇਆ, ਯਾਨੀ ਕਿ ਇੰਗਲੈਂਡ ਦੇ ਵਿੱਚ ਮੈਂ ਸ਼ੁਰੂਆਤ ਕੀਤੀ ਸੀ ਆਪਣੀ ਐਜੂਕੇਸ਼ਨ, ਸ਼ਾਸਤਰੀ ਸੰਗੀਤ ਐਜੂਕੇਸ਼ਨ, ਪਰ ਬਾਕੀ ਜਿਹੜੇ BA ਮੈਂ ਇੰਡੀਆ ਕੀ ਕੀਤਾ। ਆਪਾਂ ਕਹਿ ਸਕਦੇ ਕਿ ਜਿਹੜੀ ਗਾਇਕੀ ਦੀ ਜਾਗ ਜਿਹੜੀ ਸੀ ਉਹ ਘਰ ਚੋਂ ਲੱਗੀ, ਪਰ ਉਸ ਤੋਂ ਬਾਅਦ ਅਸੀਂ ਬੜੇ ਪੂਰਨਿਆਂ ਦੇ ਉੱਤੇ ਜਿਹੜਾ ਉਹ ਚੱਲਦੇ ਚੱਲਦੇ ਇੰਡੀਆ 'ਚ ਆ ਗਏ, ਮਿੱਟੀ ਖਿੱਚ ਲਿਆਈ ਹੈ ਨਾ। ਅੱਛਾ, ਤੁਸੀਂ ਇੰਡੀਆ ਦੇ ਵਿੱਚ ਜਦੋਂ ਆਏ ਤੁਸੀਂ ਇੰਗਲੈਂਡ ਤੋਂ ਵੀ ਸਿੱਖਿਆ, ਮੁੰਬਈ ਵੀ ਤੁਸੀਂ ਸਿੱਖਿਆ, ਪੰਜਾਬ 'ਚ ਵੀ ਸਿੱਖਿਆ, ਅਤੇ ਇਹਨਾਂ ਤਿੰਨਾਂ ਦੇ ਵਿੱਚੋਂ ਮਿਊਜ਼ਿਕ ਦੀ ਜਿਹੜੀ ਤੁਹਾਨੂੰ ਲੱਗਿਆ ਕਿ ਮਕਬੂਲੀਅਤ ਜਿਹੜੀ ਆ ਸਭ ਤੋਂ ਜ਼ਿਆਦਾ ਕਿੱਥੇ ਹੈਗੀ ਹੈ? ਦੇਖੋ ਜੀ, ਯਾਨੀ ਕਿ ਬੰਬੇ ਵੀ ਮੈਂ ਕਾਫੀ ਟਾਈਮ ਸਪੈਂਡ ਕੀਤਾ ਆਪਣੇ ਟੀਚਰ ਜੈਸ਼ੀ ਸ਼ਿਵਰਾਮ ਜੀ, ਬਾਲੀਵੁੱਡ ਦੇ ਫਿਲਮ 'ਚ ਉਹਨਾਂ ਨੇ ਬਹੁਤ ਸਾਰੇ ਗੀਤ ਗਾਏ ਨੇ। ਸੋ ਉਹਨੂੰ ਤਾਂ ਆਪਣੇ ਪੰਜਾਬ ਤੋਂ ਬਾਹਰ ਬੰਬੇ ਜਾ ਕੇ ਸਿੱਖਣਾ, ਯਾਨੀ ਕਿ ਉਹ ਮੈਂ ਲਾਈਟ ਜਿਹੜਾ ਲਾਈਟ ਕਲਾਸੀਕਲ ਆ, ਬਾਕੀ ਲਾਈਟ ਸਿੰਗਿੰਗ ਦਾ ਜਿਹੜਾ ਤਰੀਕਾ ਸੀ ਉਹਨਾਂ ਤੋਂ ਮੈਂ ਕਾਫੀ ਮੈਂ ਸਿੱਖਿਆ, ਪਰ ਮੈਂ ਕਹਿ ਨਹੀਂ ਸਕਦਾ ਕਿ ਇੰਗਲੈਂਡ ਵਿੱਚ ਜ਼ਿਆਦਾ ਸਿੱਖਿਆ ਕਿ ਪੰਜਾਬ ਦੇ ਵਿੱਚ ਕਿ ਬੰਬੇ ਦੇ, ਕਿਉਂਕਿ ਪੂਰਾ ਕੰਬਾਈਨ ਹੋਇਆ ਇੱਕ ਦੇ ਵਿੱਚ, ਯਾਨੀ ਕਿ ਮੈਨੂੰ ਜਿਹੜੀ ਕੀਰਤਨ ਦੀ ਸਟਾਈਲ ਹੈ, ਬਾਕੀ ਵੈਰੀ ਬੇਸਿਕ ਨੌਲੇਜ ਫਾਊਂਡੇਸ਼ਨ ਮੈਂ ਇੰਗਲਿਸ਼ 'ਚ ਬਣਿਆ ਮੇਰਾ, ਫਿਰ ਜਿਹੜਾ ਜ਼ਿਆਦਾ ਗਹਿਰਾਈ ਦੇ ਵਿੱਚ ਸ਼ਾਸਤਰੀ ਸੰਗੀਤ ਦੇ ਵਿੱਚ ਜਿਹੜਾ ਗਹਿਰਾਈ ਮੈਂ ਪੰਜਾਬ ਆ ਕੇ ਕੀਤੀ, ਕਰਕੇ ਰਿਆਜ਼ ਮੈਂ ਕਾਫੀ ਇੱਥੇ ਮੈਂ ਕਰਦਾ ਰਿਹਾ ਪੰਜਾਬ ਦੇ ਵਿੱਚ, ਫਿਰ ਜਿਹੜਾ ਲਾਈਟ ਮਿਊਜ਼ਿਕ ਦਾ ਉਹ ਬੰਬੇ ਆ ਕੇ ਫਿਰ ਮੈਨੂੰ ਕਾਫੀ ਮੈਨੂੰ ਸਿੱਖਿਆ ਲਈ। ਸੋ
It was like a combined effort. पूरा combine करके मेरा mold हो गया कम. क्या बात है वो writing and वो feel जड़ी सी वो music थी. जड़ी कि three teachers और सीखना मैंने बहुत फायदा है करके मैंने उन्हें दे वक्रे वक्रे style मैंने सीखने का मौका मिला उस वक्रे वक्रे style. जी विजय थामी जी फिर थानु कदो ये महसूस होया कि हुन थानु music field दे विच professionally जड़ा है वो उतर आना चाहिए. I think professionally ऐसी decide नहीं किया जाने के सड़ा मकसद ही सिर्फ किसी तैयार हो क्यों ना जड़ा भी इसी काम करना जिन्हें कि पंजाबी बोलनी बाकी सही शब्द कहने अपने गीता दे बेच और पूरा सुधार लेके ऐसी फेस उच्च सी अपने अपने लॉन्च करांगे जी हाँ जी ते फिर तो हमने लगाया कि होन जड़ा प्रॉपरली मैंने आ जाना चाहिए था ते डैड ने भी शाबाशी दे दी कि जा पुत्रा होन तो ये तो है अमन हेयर मेरी एल्बम उन्होंने मेरी एल्बम शुरू की थी सी मेरी नैसी स्टूडियो जे बैठे कहते एक में तो गीत है लास्ट गीत है एल्बम का यानी कि एल्बम के विच भी लास्ट गीत सी नंबर 14 इन द एल्बम नाले कहते गीत मिला था तेनू सूट बैठूगा ਤੁਸੀਂ ਰਿਕਾਰਡ ਕਰੋ ਇਹ ਗੀਤ ਫਿਰ ਮੈਂ ਥੋੜਾ ਗਾਈਡ ਦਿੱਤਾ ਵਧੀਆ ਲੱਗਾ ਉਹਨਾਂ ਨੂੰ ਫਿਰ ਉਹ ਗੀਤ ਆਪਣਾ ਰਿਕਾਰਡ ਹੋਇਆ ਕੀ ਬਾਤ ਹੈ ਲਓ ਜੀ ਜੈਸ ਥਾਮੀ ਦੇ ਨਾਲ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਪਰ ਲੈਣੇ ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸੋ ਤੁਸੀਂ ਟੀਵੀ ਛੱਡ ਕੇ ਕਿਤੇ ਨਹੀਂ ਜਾਣਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਪੀਟੀਸੀ ਸੁਪਰ ਸਟਾਰ ਦੇ ਵਿੱਚ ਜੈਸ ਥਾਮੀ ਦੇ ਨਾਲ ਜੀ ਜੈਸ ਥਾਮੀ ਜੀ ਮੈਂ ਤੇ ਇਹ ਪੁੱਛਣਾ ਚਾਹਾਂਗੀ ਕਿ ਜਿਹੜਾ ਹਾਈ ਹੀਲ ਸੌਂਗ ਸੀ ਉਤਨੇ ਤੁਹਾਨੂੰ ਵਰਲਡ ਦੇ ਵਿੱਚ ਫੇਮਸ ਬਣਾ ਦਿੱਤਾ ਔਰ ਜਿੰਨੀਆਂ ਵੀ ਹਾਈ ਹੀਲ ਵਾਲੀਆਂ ਕੁੜੀਆਂ ਨੇ ਨਾ ਉਹ ਤੁਹਾਨੂੰ ਪਹਿਚਾਣਦੀਆਂ ਨੇ ਤੇ ਇਹ ਦੱਸੋ ਕਿ ਹਨੀ ਸਿੰਘ ਦੇ ਨਾਲ ਉਹ ਕਲੈਬਰੇਸ਼ਨ ਜਿਹੜੀ ਸੀ ਉਹ ਕਦੋਂ ਹੋਈ ਤੇ ਕਿੱਦਾਂ ਹੋਈ ਜੀ ਮੈਨੂੰ ਯਾਦ ਹੈ 2011 'ਚ ਆਪਣੀ ਗੱਲ ਚੱਲਦੀ ਸੀ ਕਿ ਉਹਨਾਂ ਦਾ ਗੀਤ ਆਇਆ ਸੀ ਇੱਕ ਲੱਖ ਹੋਣੀ ਆਈ ਥਿੰਕ ਦਿਲਜੀਤ ਦੇ ਨਾਲ ਉਸ ਤੋਂ ਬਾਅਦ ਉਹਨਾਂ ਦਾ ਮਿਊਜ਼ਿਕ ਦਾ ਮੈਂ ਬਹੁਤ ਫੈਨ ਬਣ ਗਿਆ ਸੋ ਆਪਣੀ ਮੈਂ ਉਹਨਾਂ ਨੇ ਅਨੂਪ ਭਾਅ ਜੀ ਨੂੰ ਫੋਨ ਕੀਤਾ ਉਹਨਾਂ ਦੇ ਮੈਂ ਜਿਹਨੂੰ ਕਿ ਮੈਂ ਕਲੈਬਰੇਸ਼ਨ ਕਰਨਾ ਚਾਹੁੰਦਾ ਲੱਕਲੀ ਉਹਨਾਂ ਨੇ ਮੇਰਾ ਗੀਤ ਸੁਣਿਆ ਸੀਗਾ ਤੂੰ ਹੀ ਸਾਡੀ ਜਾਨ ਨੀ ਕੁੜੀ ਹੈ ਸੋ ਉਸ 'ਤੇ ਆਪਣੀ ਗੱਲ ਚੱਲਦੀ ਰਹੀ ਫਿਰ ਅਸੀਂ ਇੰਗਲੈਂਡ ਇੰਡੀਆ ਦੇ ਵਿੱਚ ਮਿਲੇ ਫਿਰ ਅਸੀਂ ਆਪਣੀ ਸ਼ੁਰੂਆਤ ਉੱਥੋਂ ਹੋਈ ਜੀ ਨਵੰਬਰ ਦੇ ਵਿੱਚ ਮਿਲਾਈ 2011 ਆਈ ਥਿੰਕ ਯਾ ਜੀ ਤੇ ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹਾਂਗੀ ਜਿੱਦਾਂ ਤੁਹਾਡੇ ਮਿਊਜ਼ਿਕ ਡਾਇਰੈਕਟਰ ਜਿਹੜੇ ਸੀਗੇ ਉਹ ਅਮਨ ਹੇਅਰ ਸੀਗੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਪਹਿਲਾ ਗੀਤ ਜਿਹੜਾ ਸੀ ਉਹ ਰਿਕਾਰਡ ਕੀਤਾ ਸੀ ਐਲਬਮ ਵੀ ਤੇ ਉਹ ਪਹਿਲਾ ਗੀਤ ਕੀ ਸੀ ਤੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੁਲਾਕਾਤ ਹੋਈ ਜੀ ਮੈਂ ਆਪਣੀ ਐਲਬਮ ਦੇ ਵਿੱਚ ਕੰਮ ਕਰ ਰਿਹਾ ਸੀਗਾ ਅਮਨ ਜੀ ਦੇ ਨਾਲ ਅਤੇ ਉਹ ਕਹਿੰਦੇ ਇੱਕ ਗੀਤ ਮੈਂ ਕਰਨਾ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਤੁਸੀਂ ਜ਼ਰੂਰ ਗੀਤ ਗਾਉਣਾ ਇਹ ਮੈਂ ਚਲੋ ਠੀਕ ਹੈ ਸੀ ਸ਼ੁਰੂਆਤ ਕਰਤੀ ਉਹ ਗੀਤ ਸੀਗਾ ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨੀ ਕੁੜੀਏ ਤੂੰ ਹੀ ਸਾਡੀ ਜਿੰਦ ਸਾਡੀ ਜਾਨ ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨੀ ਕੁੜੀਏ ਤੂੰ ਹੀ ਸਾਡੀ ਜਿੰਦ ਸਾਡੀ ਜਾਨ ਯਾਨੀ ਕਿ ਆਪਣਾ ਪਹਿਲਾ ਗੀਤ ਸੀ ਜਿਹੜਾ ਰਿਕਾਰਡ ਹੋਇਆ ਸੀ ਆਈ ਮੀਨ ਪੰਜਾਬ ਦੇ ਵਿੱਚ ਵੀ ਬਾਕੀ ਦੁਨੀਆਂ ਦੇ ਵਿੱਚ ਵੀ ਬਹੁਤ ਪਿਆਰ ਮਿਲਿਆ ਇਸ ਗੀਤ ਦਾ ਜੀ ਬਿਲਕੁਲ ਜੇ ਅਸੀਂ ਗੱਲ ਕਰੀਏ ਹੁਣ ਕਿ ਜਦੋਂ ਤੁਸੀਂ ਇੰਨੇ ਜ਼ਿਆਦਾ ਪਾਪੂਲਰ ਗੀਤ ਗਾਏ ਔਰ ਇੰਨੇ ਤੁਹਾਡੇ ਜਿਹੜੇ ਨੇ ਇੰਗਲੈਂਡ ਦੇ ਕਲੱਬ ਵਿੱਚ ਸਾਰੇ ਗੀਤ ਚੱਲਦੇ ਨੇ ਤੇ ਉਦੋਂ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਲੱਗਦਾ ਜੀ ਕਰਕੇ ਮੈਂ ਸੋਚਿਆ ਨਹੀਂ ਸੀਗਾ ਕਿ ਮੈਂ ਆਸਟ੍ਰੇਲੀਆ ਜਾ ਕੇ ਪਰਫਾਰਮ ਕਰੂੰਗਾ ਕੈਨੇਡਾ ਮਲੇਸ਼ੀਆ ਦੁਬਈ 'ਚ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੇਰਾ ਮਿਊਜ਼ਿਕ ਉੱਥੇ ਪਹੁੰਚੂਗਾ ਉਹ ਵੀ ਫਿਜ਼ੀਕਲ ਕਾਪੀ ਨਹੀਂ ਉੱਥੇ ਜਾ ਰਹੀ ਉੱਥੇ ਆਪਣੇ ਇੰਟਰਨੈਟ ਦੇ ਜ਼ਰੀਏ ਜਾ ਰਿਹਾ ਸੋ ਮੈਨੂੰ ਉਮੀਦ ਨਹੀਂ ਸੀਗੀ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਉੱਥੇ ਗੀਤ ਮੇਰੇ ਪਹੁੰਚੂਗੇ ਐਂਡ ਉੱਥੇ ਜਦੋਂ ਮੈਂ ਗਿਆ ਉੱਥੇ ਪਰਫੋਰਮੈਂਸ ਕੀਤੀ ਆ ਬਹੁਤ ਵਧੀਆ ਲੱਗਿਆ ਬਹੁਤ ਪਿਆਰ ਮਿਲਿਆ ਨਾਲੇ ਆਪਣਾ ਕੀ ਕਹਿੰਦੇ ਆ ਹੌਸਲਾ ਬਾਤ ਹੁੰਦਾ ਕਿ ਮੈਂ ਹੋਰ ਵੀ ਵਧੀਆ ਕੰਮ ਕਰਾਂ ਹੋਰ ਵਧੀਆ ਮੈਂ ਗੀਤ ਲਿਆਵਾਂ ਮੈਂ ਬਾਕੀ ਫੈਨਸ ਵੀ ਮੇਰੇ ਅਪਰੀਸ਼ੀਏਟ ਕਰਨ ਕਿ ਅੱਛਾ ਗੀਤ ਲੈ ਕੇ ਆ ਰਹੇ ਜੀ ਬਿਲਕੁਲ ਤੇ ਇੱਥੇ ਮੈਂ ਇੱਕ ਚੀਜ਼ ਇਹ ਪੁੱਛਣਾ ਚਾਹਾਂਗੀ ਕਿ ਤੁਹਾਡਾ ਨਾਮ ਜਿਹੜਾ ਉਹ ਜਸਵਿੰਦਰ ਸਿੰਘ ਧਾਮੀ ਹਾਂਜੀ ਤੋਂ ਜੈਸ ਧਾਮੀ ਕਿਵੇਂ ਬਣਿਆ ਜੀ ਸਕੂਲ ਦੇ ਵਿੱਚ ਆਪਣੇ ਸਕੂਲ ਵਿੱਚ ਜ਼ਿਆਦਾ ਗੋਰੇ ਸੀਗੇ ਜੀ ਬਾਕੀ ਗੋਰੇ ਇੱਦਾਂ ਕਾਲੇ ਅਤੇ ਉਹਨਾਂ ਦਾ ਮੇਰਾ ਨਾਂ ਆਈ ਥਿੰਕ ਕਹਿਣਾ ਮੁਸ਼ਕਿਲ ਲੱਗਦਾ ਸੀਗਾ ਫਿਰ ਉਹਨੇ ਵੀ ਮੇਰਾ ਨਾਂ ਜੈਸ ਪਾਤਾ ਤਾਮੀ ਤਾਂ ਆਪਣਾ ਗੋਤ ਹੈਗਾ ਹੀ ਹੈ ਜੀ ਸੋ ਉਸ ਤੋਂ ਫਿਰ ਜੈਸ ਤਾਮੀ ਬਣ ਗਿਆ ਕੀ ਬਾਤ ਹੈ ਜੈਸ ਤਾਮੀ ਅੱਛਾ ਜੈਸ ਤਾਮੀ ਮੈਂ ਤਾਂ ਇਹ ਵੀ ਪੁੱਛਣਾ ਚਾਹਾਂਗੀ ਕਿ ਇੰਨੀ ਛੋਟੀ ਏਜ ਦੇ ਵਿੱਚ ਤੁਸੀਂ ਇੰਨਾ ਸਾਰਾ ਜਿਹੜਾ ਉਹ ਮਤਲਬ ਫੈਨ ਫੋਲੋਇੰਗ ਐਂਡ ਸਾਰਾ ਕੁਝ ਹਾਸਿਲ ਕੀਤਾ ਤੇ ਕੀ ਮਹਿਸੂਸ ਹੁੰਦਾ ਕਿ ਇੰਨੀ ਛੋਟੀ ਏਜ ਦੇ ਵਿੱਚ ਕੀ ਇਹ ਅੱਛੇ ਸਿੰਗਰ ਲਈ ਇਹ ਇੰਨਾ ਕਾਫੀ ਹੈ ਆਈ ਥਿੰਕ ਉਸ ਮਾਲਿਕ ਦੀ ਕਿਰਪਾ ਬਾਕੀ ਅਪਰੀਸ਼ੀਏਟ ਕਰਨਾ ਚਾਹੀਦਾ ਜੋ ਵੀ ਮਾਲਿਕ ਦਿੰਦਾ ਜੋ ਵੀ ਫੈਨਸ ਪਿਆਰ ਦੇ ਰਹੇ ਆ ਯੂ ਸ਼ੁਡ ਅਪਰੀਸ਼ੀਏਟ ਦਾ ਬਿਕਾਜ਼ ਦੇਖੋ ਇੱਕਦਮ ਬਣਨਾ ਆਰਟਿਸਟ ਦਾ ਆਈ ਥਿੰਕ ਥੋੜ੍ਹਾ ਡਰ ਆਪਣੇ ਕੀ ਕਹਿੰਦੇ ਇਟ ਕੁਡ ਬੀ ਬੈਡ ਫੋਰ ਦੈਮ ਹੈ ਨਾ ਬਿਕਾਜ਼ ਆਈ ਥਿੰਕ ਫੋਰ ਮੀ ਇਜ਼ ਡਿਫੀਕਲਟ ਡਿਫਰੈਂਟ ਬਿਕਾਜ਼ ਕਰਕੇ ਹੌਲੀ ਹੌਲੀ ਮੇਰੀ ਸ਼ੁਰੂਆਤ ਮੇਰੀ ਹੋਈ ਮੇਰਾ ਪਹਿਲਾ ਗੀਤ ਆਇਆ ਉਸ ਤੋਂ ਬਾਅਦ ਮੇਰੀ ਐਲਬਮ ਆਏ ਮੇਰੇ ਕਈ ਸਿੰਗਲ ਵੀ ਆਏ ਉਸ ਤੋਂ ਬਾਅਦ ਹਾਈ ਹੀਲਸ ਆਇਆ ਸੋ ਮੇਰੀ ਸਟੈਪ ਮੇਰਾ ਹੌਲੀ ਹੌਲੀ ਵੱਧਦਾ ਗਿਆ ਫਿਰ ਮੈਂ ਇੱਥੇ ਤੱਕ ਪਹੁੰਚਿਆ ਜੀ ਸੋ ਉਸ ਮਾਲਿਕ ਦੀ ਕਿਰਪਾ ਬਾਕੀ ਫੈਨਸ ਦਾ ਬਹੁਤ ਥੈਂਕ ਯੂ ਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ
अच्छा इतने मैं एक चीज़ थानू पूछना चाहूँगी बिकॉज यू आर लुकिंग सो यंग वेरी हैंडसम एंड की थानू लगता नहीं कि थोड़ी हीरो लुक है तो थानू किसी फिल्म फुल्म च भी आना चाहिए पंजाब दे विच ही अपने आर्टिस्ट काफ़ी फिल्मां जाते पे पर आई थिंक फॉर मी ऑफर मैनू बहुत सारे आ रहे फिल्मों लिए पंजाब दे विच पर मेरी शुरुआत तो मेरी जी गोल सी सिंगर बनने से बाकी बॉलीवुड सिंगर बनना सो जब तक मैं उस मंच ते नहीं पहुँचता मैं लगता मैं फिल्म शायद मैं नहीं मैं करूँगा जे एक अच्छा रोल आ गया तो मैं उस फिल्म दे विच गीत करने का मौका मिलेगा फिर मैं जरूर मैं करूँगा गाऊँगा फिल्म दे विच पर आई थिंक एज एन एक्टर हजे मैं उस लेवल पर मैं कह सकता हजे पहुँचे नहीं हजे मैं बहुत सारी तैयारी कर रही है एज अ सिंगर अजे मैं गायकी मैं हजे सीख रहा अजे मैं बॉलीवुड तक भी करना है ते अच्छा एक्टर भी बनना है जे अच्छा रोल मिल जाएगा पर असी मिलते हैं एक छोटे जे ब्रेक तो बाद एक गल्ला बताऊं सिलसिला इस तरह जारी रहेगा ब्रेक तो बाद एक बार फिर थोड़ा स्वागत है तो असं गल्ला बात कर रहे हैं पी टी सी सुपर स्टार के जैस थामी जी के नाम जी जैस जी मैं थोड़ा ये पूछना चाहवागी कि थोड़ी जी लेटैसट एल्बम आ गई है यद टाइटल की है इसका टाइटल है मैं पंजाबी बोली हाँ जी मैं पंजाबी बोली है वाओ दैट्स ग्रेट तो ये जड़े ने काफ़ी सारे सिंगर्स ने मेरा ख्याल ट्रैक आया तो तुम किन्ने गाए ने हाँ जी मैं एक ट्रैक गाया जी उसका नाम है मैं पंजाबी बोली है जी क्या बात है ओ मतलब किस तरह का मूड का है जाने कि पूरा सभ्याचार किसी माहौल रखे उस गीत का पंजाबी जबान का जिक्र किया उन्होंने जेडे डिफिकल्टीज जो फेस कर रहे इस वेले ओदे बारे जिक्र किया काफ़ी सारी चीज़ा उस गीत मैनशन की जी इन्ना मल्टी मतलब लिरिक्स वाला जोड़ा है मतलब इन चीज़ों में तुम पाइं तो मेरा दिल कर रहा कि मैं गीत सुन ही लवा हूँ थोड़े तो देखो जी मैं करूँगा जी पर मैं कहना चाहूँगा कि इस गीत का हर लफ्ज़ का मुल्य करके पूरे पूरे इसी जाने के पूरा कॉन्सेप्ट गीत का जो अजकल के माहौल दुनिया के हो रहा इंग्लैंड आस्ट्रेलिया कनाडा अमेरिका जिहड़े जुबान लोकी अपनी भुल रहे उस दे वास्ते असी उत्ते असी इह सब्जेक्ट कीता जी वाओ प्लीज मैं एक गीत जरूर सुनना चाहूंगी राज बदले तकी ताज बदले बदले या रीता तेरा वाज बदले ओ राज बदले तकी ताज बदले बदले या रीता तेरा वाज बदले मैं हुण तक बदली ना मैं हुण तक बदली ना मैं हुण तक बदली ना पावे भुली जाए जमाना मैं पंजाबी बोलियां मैं तेरी बोलियां किते भुल ना जाई जवाना मैं तेरी बोलियां मैं तेरी बोलियां मैं पंजाबी बोलियां किते भुल ना जाई जवाना वाओ वाकई ये पंजाब की मिट्टी की पंजाबी की हर चीज़ की वो खुशबू आ रही है एंड स्पैशली थोड़े मिठे बोल पंजाबी दे और मैं इतने पूछना चाहवागी कि यह गीत जो कि लिखा है ये गीत लिखे जी चलमे सिंह टंडे का लिखे जी गीत ते पूरा कॉन्सैप्ट उन्होंने मैनू जाने कि जो मैं सुनया मैंने याद है असी अपने घर बैठे से मैं डैडी कट्ठे बैठे से उन्होंने कॉन्सैप्ट सुनाया कि मैं पंजाबी बोली आ कि भुल ना जाई जवाना यानी कि उस वक्त मेरे इदा दिल में गल लगी कि मैं ये गीत करना ही करना एंड कुदरती हाइज तो बाद यह गीत आया यानी कि हाइज से मैं बहुत सारा प्यार मिले एंड आई थिंक मेरा नेक्स्ट स्टेप सीगा कि लोगों ने जोड़ना जुबान दे नाल पंजाबी दे नाल सो ए गीत आई थिंक वाज द राइट सॉन्ग द राइट चॉइस सी कि नेक्स्ट गीत अपना ही आवे क्या बात है अच्छा ते एदा शूट जड़ा हो चुका है हां जी किथे होया शूट चंडीगढ़ दे एक छोटा जिहा पिंड है उस तो चंडीगढ़ थोड़ा जिहा दूर उत्थे शूटिंग हुई सुमित दत्त ने वीडियो कीती है जी यानी कि बहुत अच्छा जिहड़ा असी पहले असी 1990 से पंजाब देखते आए हैं बहुत सुंदर पंजाब वो पूरा असी दिखाया है इस गीत दे विच क्या बात नाले आई थिंक जिहड़ा इमोशन है गीत दे विच यानी कि अंतरिया का बाकी मेन हुक लाइन का कोरस का वह मैनू बहुत वधिया लग्या यानी कि जिदा लिखिया गया सो उस जिहड़ा इमोशन मैं वीडियो विच भी दिखाया जी काफी अच्छा जिस तरह तुसी दस्या शुरू विच कि तुसी लंडन दे विच तुहानू छोटी 9 साल दी उम्र विच पंजाबी बहुत चंगी लगदी सी और तुसी म्यूजिक नाल जुड़ गए दैन उस तो बाद तुसी इस इंडिया दे विच आए पंजाब च मुंबई एंड ऑल एंड शुरू तो ही थोड़ा दिल जिहड़ा ना पंजाबी दे विच जिहड़ा ओह वड़िया रहा एकदम पूरा नाल लग्या रहा ते हुण तुसी दस्या भी इह जिहड़ी लिरिक्स जिहड़ी आ तुसी पंजाबी दा जिहड़ा गीत गाया सो इन्नियां सारियां चीज़ां इकट्ठियां जिहड़ियां ढेर सारा पंजाब लई पंजाबी लई प्यार है जिहड़ा तुहाडा ओह मतलब जदों तुसी इह गाना गाया तो ये की थानू काफ़ी ज़्यादा मेहनत करनी पई जां बहुत छेती ये ट्रैक बन गया सी आई थिंक
ਜਿਹੜਾ ਇਮੋਸ਼ਨ ਕੈਪਚਰ ਕਰਨਾ ਬਹੁਤ ਮੁਸ਼ਕਿਲ ਸੀਗਾ ਕਰਕੇ ਇੱਕ ਅੰਤਰਾ ਇੱਕ ਮੈਂ ਗਾਉਣਾ ਚਾਹਾਂਗਾ ਉਹਦਾ ਅੰਤਰਾ ਆ ਰਿਹਾ ਸੀਗਾ ਇੱਕ ਵਕਤ ਸੀ ਐਸਾ ਵੇ ਜਦੋਂ ਮੇਰੀ ਦੁਨੀਆ ਵਿੱਚ ਸੀ ਚੰਡੀ ਮੈਂ ਵਿੱਚ 47 ਦੇ ਗਈ ਸੀ ਤੋਂ ਹਿੱਸਿਆਂ ਵਿੱਚ ਵੰਡੀ ਜਿਹੜੀ ਇਹ ਲਾਈਨ ਆ ਜਿਹੜਾ ਇਹ ਲਫ਼ਜ਼ ਆ ਯਾਨੀ ਕਿ ਉਹਦਾ ਇਮੋਸ਼ਨ ਦਿਖਾਉਣਾ ਮੇਰੇ ਲਈ ਬਹੁਤ ਮੁਸ਼ਕਿਲ ਸੀਗਾ ਕਰਕੇ ਇਮੋਸ਼ਨ ਜਿਹੜਾ ਕੈਪਚਰ ਕਰਨਾ ਮੇਰੇ ਲਈ ਬਹੁਤ ਜ਼ਰੂਰੀ ਸੀ ਕਰਕੇ ਇਹ ਲੋਕਾਂ ਦੇ ਇਹ ਜਿਹੜਾ ਗੀਤ ਹੈ ਮੇਰੇ ਹਿਸਾਬ ਦੇ ਨਾਲ ਕਿ ਲੋਕਾਂ ਦੇ ਵਿੱਚ ਵਸੂਗਾ ਗੀਤ ਇਹ ਜੁੜੂਗਾ ਲੋਕਾਂ ਦੇ ਨਾਲ ਜੁੜੂਗਾ ਗੀਤ ਬਿਲਕੁਲ ਕਿਉਂਕਿ ਜਿਹੜਾ ਸੰਗੀਤ ਤੇ ਲਾਈਨਾਂ ਹੁੰਦੀਆਂ ਨੇ ਉਹ ਰੂਹ ਦੀ ਇੱਕ ਖੁਰਾਕ ਮੰਨੀਆਂ ਜਾਂਦੀਆਂ ਨੇ ਤੇ ਉਹ ਰੂਹ ਦੀ ਖੁਰਾਕ ਜਿਹੜੀ ਪੰਜਾਬੀਆਂ ਨੂੰ ਡੈਫੀਨੇਟਲੀ ਮਿਲ ਜਾਏਗੀ ਜੈਜ਼ ਦੇ ਵੱਲੋਂ ਬਾਕੀ ਰੂਹ ਦੀ ਖੁਰਾਕ ਬਾਕੀ ਮੇਰੀ ਖੁਰਾਕ ਮੇਰੀ ਰੂਹ ਦੀ ਖੁਰਾਕ ਕਰਕੇ ਜਿਹੜੇ ਆਰਟਿਸਟ ਦੀ ਜਿਹੜੀ ਇੱਕ ਕੀ ਕਹਿੰਦੇ ਫਰਜ਼ ਹੁੰਦਾ ਆਪਣੀ ਜ਼ੁਬਾਨ ਨੇ ਕੁਛ ਕਰਨਾ ਐਂਡ ਫੋਰ ਦਿਸ ਸੌਂਗ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਪੂਰਾ ਜਿਹੜਾ ਆਪਣਾ ਪੰਜਾਬੀ ਜ਼ੁਬਾਨ ਦਾ ਜਿਹੜਾ ਪਿਆਰ ਆ ਇਸ ਗੀਤ ਵਿੱਚ ਦਿਖਾਉਣ ਨੂੰ ਬਿਲਕੁਲ ਜੀ ਕਲਾਕਾਰ ਜਿਹੜਾ ਹੁੰਦਾ ਉਹ ਇੱਕ ਕੱਲ ਨੂੰ ਆਕਾਰ ਦਿੰਦਾ ਤੇ ਉਹੀ ਕੋਸ਼ਿਸ਼ ਜਿਹੜੀ ਆ ਉਹ ਜੈਜ਼ ਧਾਮੀ ਜੀ ਨੇ ਕੀਤੀ ਹੈ ਸੋ ਇਹ ਗੱਲਾਂ ਪਤਾ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਪਰ ਲੈਣੇ ਤਾਂ ਇੱਕ ਛੋਟਾ ਜਿਹਾ ਬ੍ਰੇਕ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਅਸੀਂ ਬੜੀਆਂ ਮਜ਼ੇਦਾਰ ਗੱਲਾਂ ਕਰ ਰਹੇ ਹਾਂ ਯੰਗੈਸਟ ਐਂਡ ਰੌਕਿੰਗ ਪੋਪ ਸਟਾਰ ਜੈਜ਼ ਜੀ ਦੇ ਨਾਲ ਜੀ ਜੈਜ਼ ਜੀ ਮੈਂ ਪੁੱਛਣਾ ਚਾਹਾਂਗੀ ਕਿ ਤੁਹਾਡੇ ਡੈਡ ਜਿਹੜੇ ਨੇ ਇੰਨੇ ਪਾਪੂਲਰ ਬੈਂਡ ਨੂੰ ਜਿਹੜਾ ਅਸੀਂ ਰਨ ਕਰਦੇ ਔਰ ਬਹੁਤ ਫੇਮਸ ਸਿੰਗਰ ਨੇ ਤੇ ਉਹਨਾਂ ਤੋਂ ਤੁਹਾਨੂੰ ਜਿਹੜੀ ਮਿਊਜ਼ਿਕ ਦੀ ਜਾਂ ਗਾਈਡੈਂਸ ਕਿਸ ਤਰ੍ਹਾਂ ਦੀ ਮਿਲਦੀ ਰਹਿੰਦੀ ਹੈ ਐਵਰੀ ਡੇ ਮਿਲਦੀ ਜੀ ਜਦੋਂ ਮੈਂ ਗੱਲ ਕਰਦਾ ਯਾਨੀ ਕਿ ਅੱਜ ਤੱਕ ਵੀ ਮੈਨੂੰ ਸਵੇਰ ਨੂੰ ਉਠਾ ਕੇ ਮੈਨੂੰ ਮਿੱਤੋਂ ਰਿਆਜ਼ ਕਰਾਉਂਦੇ ਕਿ ਉੱਠ ਕੇ ਰਿਆਜ਼ ਕਰ ਬਹੁਤ ਅੱਗੇ ਜਾਣਾ ਬਹੁਤ ਅੱਗੇ ਜਾਣਾ ਯਾਨੀ ਕਿ ਜਿਹੜੀ ਉਹਨਾਂ ਦੀ ਸਿੱਖਿਆ ਮੈਂ ਇਸ ਜਿੱਥੇ ਮੈਂ ਪਹੁੰਚਿਆ ਉਹਨਾਂ ਦੇ ਕਰਕੇ ਮੈਂ ਇੱਥੇ ਪਹੁੰਚਿਆ ਕਰਕੇ ਉਹਨਾਂ ਨੇ ਮੈਨੂੰ ਬਹੁਤ ਸਾਰੀ ਮੈਨੂੰ ਗਾਈਡੈਂਸ ਦਿੱਤੀ ਬਾਕੀ ਉਹਨੇ ਜਿਹੜੀ ਰਾਈਟ ਗਾਈਡੈਂਸ ਹੈ ਯਾਨੀ ਕਿ ਜਿਹੜੇ ਬਹੁਤ ਸਾਰੇ ਆਰਟਿਸਟ ਸਫ਼ਰ ਵੀ ਕਰਦੇ ਉਸ ਫੀਲਡ ਦੇ ਵਿੱਚ ਉਹਨੇ ਮੈਨੂੰ ਉਹ ਜਿਹੜੀ ਸਿੱਖੀ ਦਿੱਤੀ ਕਿ ਇੱਥੇ ਇਹ ਜਿਹੜਾ ਪੁਆਇੰਟ ਆਊਟ ਕੀਤੀ ਹੈ ਕਿ ਪੰਜਾਬੀ ਸਿੱਖਣੀ ਇਹ ਕਰਨਾ ਕਲਾਸੀਕਲ ਫਾਊਂਡੇਸ਼ਨ ਸਿੱਖਣਾ ਲਾਈਟ ਸਿੰਗਿੰਗ ਸਿੱਖਣੀ ਆ ਉਹਨਾਂ ਦੇ ਪੂਰੀ ਜਿਹੜਾ ਸਕੋਪ ਸੀਗਾ ਪੂਰੀ ਮੇਰੇ ਵਾਸਤੇ ਬਣਿਆ ਹੋਇਆ ਸੀਗਾ ਸੋ ਉਹਨੇ ਮੇਰੀ ਖਾਲੀ ਮੈਨੂੰ ਫੀਡ ਕਰ ਦਿੰਦੇ ਇਹ ਕੰਮ ਕਰਨਾ ਇੱਦਾਂ ਕੰਮ ਕਰਨਾ ਇੱਦਾਂ ਕੰਮ ਕਰਨਾ ਕੀ ਬਾਤ ਹੈ ਬਹੁਤ ਹੀ ਵਧੀਆ ਡੈਡ ਨੇ ਤੁਹਾਡੇ ਹੈ ਨਾ ਤੇ ਅੱਛਾ ਹਨੀ ਸਿੰਘ ਦੇ ਨਾਲ ਤੁਹਾਡੀ ਕੋਲੈਬੋਰੇਸ਼ਨ ਹਾਈ ਹੀਲ ਦੀ ਹੋਈ ਤੇ ਕੀ ਅੱਗੇ ਫਿਊਚਰ ਦੇ ਵਿੱਚ ਵੀ ਕੋਈ ਪਲੈਨਿੰਗ ਹੈ ਕਿ ਤੁਸੀਂ ਉਹਨਾਂ ਨਾਲ ਕੰਮ ਕਰੋਗੇ ਜ਼ਰੂਰ ਜੀ ਕੋਸ਼ਿਸ਼ ਕਰਾਂਗੇ ਐਟ ਦ ਮੋਮੈਂਟ ਮੈਂ ਕਾਫੀ ਕੰਸਟ੍ਰੇਟ ਕਰ ਰਿਹਾ ਕਿ ਮੈਂ ਆਪਣੇ ਸਿੰਗਲ ਟਰੈਕ ਕਰਾਂ ਉਸ ਤੋਂ ਬਾਅਦ ਮੈਂ ਦੇਖਾਂਗਾ ਜ਼ਰੂਰ ਜੇ ਮੌਕਾ ਮਿਲੂਗਾ ਜ਼ਰੂਰ ਕਰਾਂਗੇ ਤੇ ਜੇ ਅਸੀਂ ਗੱਲ ਕਰੀਏ ਕਿ ਅੱਜ ਦੇ ਦੌਰ ਦੀ ਕਿ ਤਰ੍ਹਾਂ ਤਰ੍ਹਾਂ ਦੇ ਪੰਜਾਬੀ ਆਰਟਿਸਟਾਂ ਨੂੰ ਬਹੁਤ ਤਰ੍ਹਾਂ ਦੇ ਟਫ ਕੰਪੀਟੀਸ਼ਨਸ ਮਿਲਦੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੁੰਦਾ ਕਿ ਤੁਹਾਡੇ ਲਈ ਕਿੰਨਾ ਕੁ ਟਫ ਕੰਪੀਟੀਸ਼ਨ ਹੈ ਇਸ ਫੀਲਡ ਦੇ ਵਿੱਚ ਆਈ ਥਿੰਕ ਕੰਪੀਟੀਸ਼ਨ ਮੈਨੂੰ ਜ਼ਿਆਦਾ ਮਹਿਸੂਸ ਨਹੀਂ ਹੁੰਦਾ ਕਰਕੇ ਮੈਂ ਆਪਣੇ ਆਪ ਨੂੰ ਕੰਪੀਟੀਸ਼ਨ ਸਮਝਦਾ ਜੀ ਯਾਨੀ ਕਿ ਹਰ ਗੀਤ ਜਿੱਦਾਂ ਫਰਜ਼ ਕਰੋ ਮੈਂ ਹਾਈ ਇਸ ਮੇਰਾ ਗੀਤ ਇੰਨਾ ਮੈਨੂੰ ਪਿਆਰ ਮਿਲਿਆ ਉਸ ਤੋਂ ਪਹਿਲਾਂ ਮੈਨੂੰ ਠੇਕੇ ਵਾਲੇ ਗੀਤ ਦਾ ਬਹੁਤ ਪਿਆਰ ਮਿਲਿਆ ਉਸ ਤੋਂ ਪਹਿਲਾਂ ਮੈਨੂੰ ਜਿੰਜਾਨ ਦਾ ਬਹੁਤ ਪਿਆਰ ਮਿਲਿਆ ਯਾਨੀ ਕਿ ਹਰ ਗੀਤ ਦਾ ਹਰ ਅਲੱਗ ਮੂਡ ਹੁੰਦਾ ਨਾਲੇ ਮੇਰੀ ਕੋਸ਼ਿਸ਼ ਹੁੰਦੀ ਕਿ ਉਸ ਤੋਂ ਗੀਤ ਤੋਂ ਮੈਂ ਵਧੀਆ ਬਣਾਉਣਾ ਗੀਤ ਯਾਨੀ ਕਿ ਜਿਹੜੇ ਵੀ ਟਾਰਗੇਟ ਆਡੀਅੰਸ ਆ ਅਸੀਂ ਉਹ ਵਧੀਆ ਤਰੀਕੇ ਨਾਲ ਪੇਸ਼ ਕਰਨਾ ਯਾਨੀ ਕਿ ਹਾਈ ਇਸ ਤੋਂ ਬਾਅਦ ਬਹੁਤ ਲੋਕਾਂ ਨੇ ਮੈਨੂੰ ਕਿਹਾ ਵੀ ਸੀਗਾ ਕਿ ਹਾਈ ਹੀ ਚਾਹੀਦਾ ਸਾਨੂੰ ਹੋਰ ਸੰਗੀਤ ਪਰ ਮੈਂ ਸੋਚਿਆ ਨਹੀਂ ਮੈਂ ਵਰਾਇਟੀ ਵਰਾਇਟੀ ਦਿਖਾਉਣੀ ਹੈ ਆਪਣੀ ਗਾਇਕੀ ਦੀ ਵਰਾਇਟੀ ਦਿਖਾਊਂਗਾ ਬਾਕੀ ਆਪਣੇ ਮਿਊਜ਼ਿਕ ਦੀ ਨੌਲੇਜ ਦੀ ਵਰਾਇਟੀ ਫੇਸ ਕਰਕੇ ਜਿਹੜਾ ਆਪਣਾ ਗੀਤ ਲੈ ਕੇ ਆ ਰਿਹਾ ਮੈਂ ਪੰਜਾਬੀ ਬੋਲੀ ਯਾਨੀ ਕਿ ਜਿਹੜਾ ਰਿਲੀਜ਼ ਹੋ ਗਿਆ ਮੈਂ ਪੰਜਾਬੀ ਬੋਲੀ ਆ ਜਿਸ ਦੇਖੂੰਗੇ ਬਹੁਤ ਕੰਟਰਾਸਟ ਹੈ ਯਾਨੀ ਕਿ ਹਾਈ ਹੀ ਉਸ ਪ੍ਰੋਪਰ ਅਰਬਨ ਸੌਂਗ ਹੈ ਨਾਲੇ ਇਟਸ ਫੋਰ ਜਿਹੜੇ ਕਲੱਬ ਆਡੀਅੰਸ ਹੈ ਨਾ ਮੈਂ ਪੰਜਾਬੀ ਬੋਲੀ ਆ ਪ੍ਰੋਪਰ ਦੇਸੀ ਟ੍ਰੈਡੀਸ਼ਨਲ ਯਾਨੀ ਕਿ ਹਰ ਸ਼ਬਦ ਆ ਜਿਹੜਾ ਮੈਂ ਪਹਿਲੇ ਵੀ ਕਿਹਾ ਸੀਗਾ ਮੋਲਿਆ ਆਈ ਥਿੰਕ ਜਿਹੜੀ ਵਰਾਇਟੀ ਦਿਖਾਉਣੀ ਆਰਟਿਸਟ ਲਈ ਬਹੁਤ ਜ਼ਰੂਰੀ ਆ ਅੱਛਾ ਤੇ ਜਦੋਂ ਇੰਗਲੈਂਡ ਦੇ ਕਲੱਬਸ ਦੇ ਵਿੱਚ ਤੁਹਾਡੇ ਸਾਰੇ ਸੌਂਗਸ ਚੱਲਦੇ ਨੇ ਤੇ ਜਦੋਂ ਤੁਸੀਂ ਕਿਤੇ ਗਲਤੀ ਨਾਲ ਉੱਥੇ ਐਂਟਰੀ ਵੱਜ ਜਾਂਦੀ ਤੁਹਾਡਾ ਸੌਂਗ ਚੱਲ ਰਿਹਾ ਹੁੰਦਾ ਤੇ ਦੈਨ ਹਾਊ ਡੂ ਯੂ ਫੀਲ ਆਪਣੇ ਸੌਂਗ 'ਤੇ ਹੀ ਡਾਂਸ ਕਰਨਾ ਜੀ ਕਲੱਬਸ ਨੂੰ ਘੱਟ ਹੀ ਚਾਹੀਦਾ ਜੀ ਪਰ ਵਧੀਆ ਲੱਗਦਾ ਵੈਸੇ ਵਧੀਆ ਲੱਗਦਾ ਕਰਕੇ ਲੋਕ ਪਿਆਰ ਕਰ ਰਹੇ ਆ ਬਾਕੀ ਸੁਣਦੇ ਪਏ ਆਪਣਾ ਗੀਤ ਤੇ ਇੱਥੇ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਕਿਉਂਕਿ ਲੋਕਾਂ ਦਾ ਕੁੜੀਆਂ ਦਾ ਹਾਈ ਹੀਲ ਵਾਲੀਆਂ ਕੁੜੀਆਂ ਦਾ ਇਹ ਕਹਿਣਾ ਕਿ ਤੁਹਾਡੀ ਜਿਹੜੀ ਲੁੱਕਸ ਹੈ ਉਹ ਬਹੁਤ ਹੀ ਰੋਮਾਂਟਿਕ ਹੀਰੋ ਦੀ ਲੁੱਕ ਹੈ ਤੇ ਰੋਮਾਂਟਿਕ ਹੀਰੋ ਜਿਹੜਾ ਹੈ ਉਹ ਵੈਸੇ ਤਾਂ ਤੁਸੀਂ ਦੱਸਿਆ ਕਿ ਤੁਹਾਡਾ ਸਫ਼ਰ ਜਿਹੜਾ ਬਾਲੀਵੁੱਡ ਸਿੰਗਰ ਬਣਦਾ ਹੈ ਪਰ ਜੇ ਤੁਹਾਨੂੰ ਫਿਲਮ ਕਰਨ ਦਾ ਮੌਕਾ ਮਿਲੇ ਤੇ ਤੁਸੀਂ ਰੋਮਾਂਟਿਕ ਹੀਰੋ ਵਾਂਗ ਕਰਨਾ ਚਾਹੋਗੇ ਨਹੀਂ ਜੀ ਪਾਪਾ ਪੰਜਾਬੀ ਕਰਾਂਗੇ ਰੋਮਾਂਟਿਕ ਹੀਰੋ ਨਹੀਂ ਕਰਨਾ ਸੀ ਪਾਪਾ ਪੰਜਾਬੀ ਕਰਾਂਗੇ ਚਲੋ ਥੋੜ੍ਹਾ ਜਿਹਾ ਟਵਿਸਟ ਤਾਂ ਹੁੰਦਾ ਹਰ ਫਿਲਮ ਦੇ ਵਿੱਚ ਟਵਿਸਟ ਹੁੰਦਾ ਪਰ ਮੇਰੇ ਲਈ ਜ਼ਿਆਦਾ
ਰੋਲ ਵਾਲਾ ਕੋਈ ਰੋਲ ਹੋਵੇ ਵਧੀਆ ਹੋਊਗਾ। ਅੱਛਾ ਮੈਂ ਹੁਣ ਇੱਕ ਚੀਜ਼ ਫਿਰ ਦੁਬਾਰਾ ਪੁੱਛਣ ਲੱਗੀਆਂ ਤੁਹਾਨੂੰ ਕਿ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਪੁੱਛਿਆ ਕਿ ਕੰਪੀਟੀਸ਼ਨ ਦੇ ਦੌਰ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ, ਪਰ ਯੂ ਨੋ ਬਿਕੋਜ਼ ਤੁਹਾਡੀ ਬੈਕਗਰਾਊਂਡ ਵੀ ਜਿਹੜੀ ਸੀ ਇੱਕ ਫੇਮਸ ਸਿੰਗਰ ਡੈਡ ਦੀ ਸੀਗੀ ਅਤੇ ਤੁਹਾਨੂੰ ਈਜ਼ੀਲੀ ਮਤਲਬ ਜਿਹੜਾ ਸੀਗਾ ਉਹ ਨਾਮ ਮਿਲ ਗਿਆ, ਪਰ ਇੱਕ ਯੰਗਸਟਰਸ ਨੂੰ ਜਦੋਂ ਇਸ ਫੀਲਡ ਵਿੱਚ ਉਤਰਨਾ ਪੈਂਦਾ ਅਤੇ ਉਹਨੂੰ ਆਪਣੀ ਪਹਿਚਾਣ ਬਣਾਉਣ ਲਈ ਬਹੁਤ ਕੁਛ ਕਰਨਾ ਪੈਂਦਾ ਅਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਈ ਥਿੰਕ ਮੇਰੇ ਲਈ ਈਜ਼ੀ ਨਹੀਂ ਸੀਗਾ, ਕਰਕੇ ਮੈਂ ਡੈਡੀ ਮੇਰੇ ਇੰਗਲੈਂਡ ਵਿੱਚ ਬਰਮਿੰਗਮ ਦੇ ਵਿੱਚ ਕਾਫੀ ਸ਼ੋਜ਼ ਕਰਦੇ ਸੀਗੇ, ਬਾਕੀ ਇੰਗਲੈਂਡ ਵਿੱਚ ਕਾਫੀ ਇਹਨਾਂ ਦਾ ਨਾਮ ਸੀਗਾ, ਪਰ ਉਹ ਫੀਲਡ ਦੇ ਵਿੱਚ ਜਾ ਚੁੱਕੇ ਸੀਗੇ, ਯਾਨੀ ਕਿ ਉਹਨਾਂ ਦੇ 15 ਈਅਰਸ 20 ਈਅਰਸ ਤੋਂ ਛੱਡਿਆ ਹੋਇਆ ਸੀ ਪੂਰਾ ਮਿਊਜ਼ਿਕ। ਸੋ ਮੇਰੇ ਲਈ ਜਿਹੜਾ ਫਾਊਂਡੇਸ਼ਨ ਬਣਾਉਣਾ ਬਹੁਤ ਮੁਸ਼ਕਿਲ ਸੀਗਾ, ਕਰਕੇ ਆਪਣੇ ਮੈਂ ਆਪਣੇ ਦਮ 'ਤੇ ਮੈਨੂੰ ਬਣਾਉਣਾ ਪਿਆ। ਜੀ ਜੈਸ ਜੀ, ਜਿੱਦਾਂ ਤੁਸੀਂ ਕਿਹਾ ਕਿ ਆਪਣੇ ਦਮ 'ਤੇ ਤੁਹਾਨੂੰ ਆਉਣਾ ਪਿਆ, ਅਤੇ ਆਪਣੇ ਦਮ ਦੇ ਨਾਲ ਨਾਲ ਮੇਰੇ ਖਿਆਲ ਨਾਲ ਮੈਂ ਸੁਣਿਆ ਹੈ ਤੁਸੀਂ ਲਿਖ ਵੀ ਲੈਂਦੇ ਹੋ, ਅੱਛੇ ਰਾਈਟਰ? ਛੋਟਾ ਛੋਟਾ ਬਹੁਤ ਬਹੁਤ ਥੋੜ੍ਹਾ ਥੋੜ੍ਹਾ ਲਿਖਦਾ ਜੀ, ਮੁੱਖੜੇ ਲਿਖੀਦੇ ਥੋੜ੍ਹੇ ਵਾਲੇ, ਪਰ ਜ਼ਿਆਦਾ ਨਹੀਂ ਲਿਖੀਦਾ ਜੀ। ਫਿਰ ਵੀ ਜੋ ਤੁਸੀਂ ਕਿਤੇ ਪਹਿਲੀ ਵਾਰੀ ਲਿਖਿਆ ਹੋਵੇ ਉਹ ਮੈਨੂੰ ਸੁਣਾ ਦਿਓ, ਕਿਉਂਕਿ ਆਪਣੀ ਰਾਈਟਰ ਨੂੰ ਜਿਹੜੀ ਵੀ ਚੀਜ਼ ਲਿਖੀ ਹੁੰਦੀ ਹੈ ਨਾ, ਕੁਛ ਜਿਹੜੀ ਉਹਨਾਂ ਦੇ ਦਿਲ ਦੇ ਕਰੀਬ ਹੁੰਦਾ ਉਹ ਤਾਂ ਉਹਨੂੰ ਯਾਦ ਹੀ ਹੁੰਦੀ ਹੈ। ਆਈ ਥਿੰਕ ਜ਼ਿਆਦਾਤਰ ਜੀ ਕੰਸੈਪਟ ਬਣਾਉਣੇ, ਬਾਕੀ ਜਿਹੜਾ ਸ਼ਬਦ ਜਿਹੜੇ ਵਰਤਨੇ ਉਹ ਮੈਂ ਜ਼ਰੂਰ ਕਰਦਾ, ਪਰ ਪੂਰਾ ਗੀਤ ਲਿਖਣਾ ਮੈਂ ਉਸ ਲੈਵਲ 'ਤੇ ਨਹੀਂ ਅੱਜ ਤੱਕ ਪਹੁੰਚਿਆ ਜੀ। ਮੈਂ ਜ਼ਰੂਰ ਪਹੁੰਚੂੰਗਾ ਮੈਂ ਇੱਕ ਦਿਨ 'ਤੇ, ਪਰ ਹਜੇ ਮੈਂ ਕੋਸ਼ਿਸ਼ ਕਰ ਰਿਹਾ ਹੌਲੀ ਹੌਲੀ ਗੀਤ ਲਿਖਣਾ, ਬਾਕੀ ਮੁੱਖੜੇ ਬਣਾਉਣੇ। ਜਿੱਦਾਂ ਤੁਸੀਂ ਇਹ ਕਿ ਹਾਲੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਪਰ ਇੱਕ ਚੀਜ਼ ਹੈ ਜਿਹੜੀ ਰਾਈਟਰ ਦੀ ਕਲਮ ਹੁੰਦੀ ਹੈ ਨਾ, ਉਹ ਉਦੋਂ ਚੱਲਦੀ ਹੈ ਜਦੋਂ ਉਹਨੂੰ ਸੱਟ ਵੱਜਦੀ ਹੈ ਅਤੇ ਜਾਂ ਉਹ ਧੁਰੋਂ ਆਉਂਦੀ ਹੈ, ਅਤੇ ਤੁਹਾਨੂੰ ਇਹ ਇੰਸਪੀਰੇਸ਼ਨ ਕਿੱਥੋਂ ਮਿਲੀ? ਕੋਈ ਗਰਲਫ੍ਰੈਂਡ ਕੋਈ? ਨਹੀਂ ਜੀ, ਜਿੱਦਾਂ ਹੁਣ ਫਰਜ਼ ਕਰੋ ਜਿੱਦਾਂ ਆਪਣਾ ਗੀਤ ਸੀਗਾ ਬੜੀ ਦੇਰ ਹੋ ਗਈ ਵੀਰੇ ਇਕੱਠਿਆਂ ਬਹਿ ਕੇ ਪੀਤੀ ਨੂੰ, ਮੈਨੂੰ ਯਾਦ ਹੈ ਸੰਤੋਖ ਸਿੰਘ ਢੇਸੀ ਦਾ ਲਿਖਿਆ ਗੀਤ ਹੈ, ਇੰਗਲੈਂਡ ਦੇ ਵਾਸੀ ਆ, ਉਹਨਾਂ ਦਾ ਜਦੋਂ ਮੈਨੂੰ ਸੁਣਾਇਆ ਸੀ ਗੀਤ ਮੈਨੂੰ ਯਾਦ, ਉਸ ਵੇਲੇ ਮੇਰੇ ਖਾਨੇ ਉਹ ਗੱਲ ਨਹੀਂ ਪਈ, ਕਰਕੇ ਉਹ ਸਮਝ ਨਹੀਂ ਸੀਗੀ ਉਸ ਗੱਲ ਦੀ ਕਿ ਪੰਜਾਬ 'ਚ ਜਿਹੜੇ ਪੰਜਾਬ ਤੋਂ ਇੰਗਲੈਂਡ ਆਏ ਆ, ਬਾਕੀ ਵਿਦੇਸ਼ ਪ੍ਰਦੇਸਾਂ 'ਚ ਗਏ ਹੋਏ ਆ, ਉਹਨਾਂ ਨੂੰ ਕੀ ਕਹਿੰਦੇ ਉਹ ਜਿਹੜਾ ਪਿਆਰ ਸੀਗਾ, ਬਾਕੀ ਉਹ ਦਰਦ ਜਿਹੜਾ ਸੀਗਾ ਉਹ ਮੇਰੇ ਵਿੱਚ ਨਹੀਂ ਵਸਿਆ ਸੀਗਾ, ਪਰ ਫਿਰ ਸੁਣਦਾ ਗਿਆ, ਮੈਂ ਕਿਹਾ ਸੁਣਦਾ ਗਿਆ, ਮੈਨੂੰ ਯਾਦ ਆ ਅਸੀਂ ਕਾਪਕ ਦੇ ਵਿੱਚ ਬੈਠੇ ਸੀ ਇਕੱਠੇ, ਇਹਨਾਂ ਨੇ ਮੈਂ ਗੀਤ ਸੁਣਾਇਆ, ਮੈਂ ਕਿਹਾ ਭਾਅ ਜੀ ਤੁਸੀਂ ਗੀਤ ਨਹੀਂ ਸੁਣਾਇਆ, ਮੈਂ ਤੁਹਾਨੂੰ ਸੁਣਾਉਂਦੇ, ਮੈਨੂੰ ਵਧੀਆ ਲੱਗਾ ਗੀਤ, ਨਾਲੇ ਮੈਨੂੰ ਇਸ ਕਰਕੇ ਵਧੀਆ ਲੱਗਿਆ ਕਰਕੇ ਮੈਨੂੰ ਯਾਦ ਹੈ ਕਿ ਜੋ ਮੈਂ ਇੰਡੀਆ ਹੁੰਦਾ ਸੀਗਾ, ਨਾਲੇ ਮੇਰੇ ਪੇਰੈਂਟਸ ਇੰਗਲੈਂਡ ਵਿੱਚ ਹੁੰਦੇ ਸੀਗੇ, ਉਹਨਾਂ ਦੀ ਯਾਦ ਮੈਨੂੰ ਬਹੁਤ ਹੁੰਦੀ ਹੁੰਦੀ ਸੀਗੀ। ਸੋ ਜਿਹੜਾ ਇਮੋਸ਼ਨ ਸੀਗਾ ਉਹ ਕੁਦਰਤੀ ਉਹ ਪੈਦਾ ਹੋ ਗਿਆ ਉਸੇ ਵਕਤ, ਮੈਂ ਸੋਚਿਆ ਮੈਂ ਕਿ ਮੈਂ ਇਹ ਮੈਂ ਗੀਤ ਕਰਨਾ, ਕਿਉਂਕਿ ਲੱਗਦਾ ਜੋ ਡੈਡੀ ਮੇਰੇ ਇੰਗਲੈਂਡ ਇੰਡੀਆ ਤੋਂ ਇੰਗਲੈਂਡ ਗਏ ਆਪਣੇ ਭਰਾ ਨੂੰ ਜ਼ਰੂਰ ਯਾਦ ਕਰਦੇ ਹੋਣੇ ਆ। ਨੈਚੁਰਲੀ ਇੱਕ ਤ੍ਰਾਸਦੀ ਹੁੰਦੀ ਹੈ ਜਦੋਂ ਭਾਰਤ ਆਪਣਾ ਦੇਸ਼ ਛੱਡ ਕੇ ਜਿਹੜੇ ਬਾਹਰ ਜਾਂਦੇ ਨੇ, ਪਰ ਤੁਸੀਂ ਉੱਥੇ ਜੰਮੇ ਪਲੇ, ਉਹਦੇ ਬਾਵਜੂਦ ਤੁਸੀਂ ਇੱਥੇ ਆਏ, ਇਹ ਹੈਟਸ ਆਫ ਨੇ ਤੁਹਾਡੇ ਲਈ। ਥੈਂਕ ਯੂ। ਔਰ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗੀ, ਜਦੋਂ ਤੁਸੀਂ ਲਿਖਿਆ ਕਿ ਉਹ ਫੀਲ ਜਦੋਂ ਤੁਹਾਨੂੰ ਆਈ ਤਾਂ ਤੁਸੀਂ ਲਿਖਣਾ ਸ਼ੁਰੂ ਕੀਤਾ, ਬਟ ਤੁਹਾਡੇ ਆਪਣੇ ਫੇਵਰੇਟ ਪੋਇਟ ਜਿਹੜੇ ਨੇ ਉਹ ਕਿਹੜੇ ਨੇ, ਕਿਹਨਾਂ ਨੂੰ ਤੁਸੀਂ ਜ਼ਿਆਦਾ ਸੁਣਨਾ ਪਸੰਦ ਕਰਦੇ ਹੋ, ਪੜ੍ਹਨਾ ਪਸੰਦ ਕਰਦੇ ਹੋ? ਆਈ ਥਿੰਕ ਜ਼ਿਆਦਾਤਰ ਅਸੀਂ ਗੁਰਦਾਸ ਮਾਨ ਸਾਹਿਬ ਨੇ ਸੁਣੀਦਾ ਜੀ, ਕਿ ਸਰਤਾਜ ਭਾਈ ਨੇ ਸੁਣੀਦਾ, ਉਹਨਾਂ ਦੇ ਹਰ ਗੀਤ ਮੈਨੂੰ ਵਧੀਆ ਲੱਗਦੇ ਆ, ਉਹਨਾਂ ਦੇ ਲਿਖਣ ਦਾ ਸਟਾਈਲ, ਬਾਕੀ ਉਹਨਾਂ ਦੀ ਸੋਚ ਬਹੁਤ ਵੱਡੀ ਆ, ਉਹਨਾਂ ਦੇ ਬੋਲਾਂ ਵਿੱਚ ਬੜਾ ਵਜ਼ਨ ਹੁੰਦਾ, ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ, ਉਹਨਾਂ ਨੂੰ ਬਹੁਤ ਸੁਣੀਦਾ। ਯੇ ਦੇ ਮਾਈ ਫੇਵਰਿਟ ਲਿਰਿਸਿਸਟ। ਵਾਹ, ਤੇ ਜੇ ਅਸੀਂ ਗੱਲ ਕਰੀਏ ਕਿ ਕਿਤੇ ਇਨ ਫਿਊਚਰ ਦੇ ਵਿੱਚ ਜੈਜ਼ ਨੂੰ ਕਿਸੇ ਸਿੰਗਰ ਦੇ ਨਾਲ ਗਾਣਾ ਗੀਤ ਗਾਉਣਾ ਪਵੇ, ਤਾਂ ਉਹਦੀ ਆਪਣੀ ਚੋਇਸ ਕੀ ਹੋਏਗੀ ਕਿ ਉਹ ਸਭ ਤੋਂ ਪਹਿਲਾਂ ਕਿਹਦੇ ਨਾਲ ਗੀਤ ਗਾਣਾ ਪਸੰਦ ਕਰੂ? ਬਹੁਤ ਸਾਰੇ ਸਿੰਗਰ ਨੇ ਮੈਨੂੰ ਬਹੁਤ ਸਾਰੇ, ਮੈਂ ਮਿਊਜ਼ਿਕ ਦਾ ਬਹੁਤ ਬੜਾ ਫੈਨ ਹੈ ਜੀ, ਯਾਨੀ ਕਿ ਜਿੰਨੇ ਵੀ ਸਿੰਗਰ ਹੈ ਜਿਹੜੇ ਪੁਰਾਣੇ ਸਿੰਗਰ ਵੀ ਜਿਹੜੇ ਆਪਣੇ ਫੋਕ ਗਾਉਂਦੇ ਆ, ਬਾਕੀ ਜਿਹੜੇ ਪੰਜਾਬੀ ਗਾਉਂਦੇ ਪੰਜਾਬੀ ਗੀਤ ਗਾਉਂਦੇ, ਜਿਹੜੇ ਹਿੰਦੀ ਗੀਤ ਗਾਉਂਦੇ ਆ, ਮੈਂ ਸਾਰਿਆਂ ਦਾ ਫੈਨ ਹੈ, ਕਵਾਲੀ ਸਾਰਿਆਂ ਦਾ ਫੈਨ ਜੀ, ਮੈਂ ਜਿਹੜਾ ਜਿੰਨੇ ਵੀ ਨਾਮ ਲੈਣ ਉਹਨੇ ਘੱਟ ਹੋ ਗਏ ਜੀ ਮੇਰੇ। ਕਿਆ ਬਾਤ ਹੈ, ਮੈਂ ਬੜਾ ਤੁਹਾਨੂੰ ਇਸ ਸਵਾਲ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ, ਬਟ ਯੂ ਆਰ ਵੈਰੀ ਸਮਾਰਟ। ਸੋ ਜੀ, ਇਹ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਲੈਂਦੇ ਹਾਂ ਫਿਰ ਇੱਥੇ ਇੱਕ ਨਿੱਕਾ ਜਿਹਾ ਬ੍ਰੇਕ, ਅਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ, ਅਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਇੰਗਲੈਂਡ ਦੇ ਯੰਗੈਸਟ ਪੋਪ ਸਿੰਗਰ ਜੈਜ਼ ਧਾਮੀ ਜੀ ਦੇ ਨਾਲ। ਜੀ ਜੈਜ਼ ਜੀ, ਮੈਂ ਇਹ ਪੁੱਛਣਾ ਚਾਹੂੰਗੀ ਕਿ ਇਹ ਜਿਹੜਾ ਤੁਸੀਂ ਮਿਊਜ਼ਿਕ ਦਾ ਸਫ਼ਰ ਕੀਤਾ, ਤੈਅ ਕੀਤਾ, ਇਹਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਸਪੋਰਟ ਜਿਹੜਾ ਆ ਉਹ ਕਿਹਦਾ ਕਿਹਦਾ ਰਿਹਾ? ਜ਼ਿਆਦਾ ਸਪੋਰਟ ਤਾਂ ਮੇਰੀ ਫੈਮਿਲੀ ਦਾ, ਮੰਮੀ ਦਾ, ਡੈਡੀ ਦਾ, ਬ੍ਰਦਰ ਐਂਡ ਸਿਸਟਰ ਨੇ ਬਹੁਤ ਜ਼ਿਆਦਾ ਸਪੋਰਟ ਦਿੱਤਾ ਉਹਨਾਂ ਨੇ ਮੈਨੂੰ। ਇਸ ਫੀਲਡ ਦੇ ਵਿੱਚ ਹੁਣ ਜਿਹੜੀਆਂ ਤੁਹਾਡੀਆਂ ਫਿਊਚਰ ਪਲੈਨਿੰਗਸ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ? ਬਹੁਤ ਸਾਰੀਆਂ ਪਲੈਨਿੰਗ ਸੀ, ਜਾਨੀ ਕਿ ਐਲਬਮ ਦੇ ਵਿੱਚ ਮੈਂ ਜਿਹੜੀ ਐਲਬਮ ਤਿਆਰ ਕਰ ਰਿਹਾ ਉਹਦੇ ਵਿੱਚ 10 ਤੋਂ 12 ਗੀਤ ਹੋਣਗੇ, ਜਾਨੀ ਕਿ ਡਿਫਰੈਂਟ ਡਿਫਰੈਂਟ ਡਾਇਰੈਕਟਸ ਦੇ ਨਾਲ ਮੈਂ ਕੰਮ ਕੀਤਾ, ਜ਼ੂਸਟ, ਕਾਫੀ ਆਪਣੇ ਅਮਨ ਹੈਰ, ਐਵਨੀ, ਟਾਈਗਰਸ ਦਾ, ਕਾਫੀ ਜਾਨੀ ਕਿ ਕਾਫੀ ਕੀ ਕਹਿੰਦੇ ਡਾਇਰੈਕਟਰਸ ਨਾਲ ਮੈਂ ਕੰਮ ਕੀਤਾ, ਕਰਕੇ ਮੈਂ ਹਰ ਗੀਤ ਮੈਂ ਵੱਖਰਾ ਟਰਾਈ ਕਰ ਰਿਹਾ ਕਿ ਵੱਖਰਾਪਨ ਦਿਖਾਵਾਂ ਹਰ ਗੀਤ ਦੇ ਵਿੱਚ, ਪਰ ਮੈਂ ਇੱਕ ਕਲੈਬਰੇਸ਼ਨ ਵੀ ਮੈਂ ਕਰ ਰਿਹਾ ਜਾਨੀ ਕਿ ਮੈਂ ਬਹੁਤ ਸਾਰਾ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਉਹ ਹੈਗਾ
ਯਾਨੀ ਕਿ ਆਈ ਥਿੰਕ ਅਮਰੀਕਾ ਦੇ ਵਿੱਚ ਇਸ ਵੇਲੇ ਬਹੁਤ ਵਧੀਆ ਕੰਮ ਕਰ ਰਹੇ ਆ, ਨਾਲੇ ਮੈਨੂੰ ਲੱਗਦਾ ਬਹੁਤ ਸਾਰਿਆਂ ਨੂੰ ਜਿੱਦਾਂ ਤੁਸੀਂ ਮੈਨੂੰ ਤੁਸੀਂ ਪਿਆਰ ਦਿੱਤਾ, ਬਾਕੀ ਫੈਨਸ ਨੇ ਪਿਆਰ ਦਿੱਤਾ, ਹਾਈ ਹੀ ਇਜ਼ ਦਾ ਅਰਬਨ ਸਾਊਂਡ ਦਾ, ਉਸ ਗੀਤ ਦਾ ਵੀ ਤੁਸੀਂ ਇੰਨਾ ਪਿਆਰ ਦਿਓਗੇ, ਮੈਨੂੰ ਉਮੀਦ ਆ ਜੀ। ਡੈਫੀਨੇਟਲੀ ਬਿਕੋਜ਼ ਜੀ ਇੰਨੀ ਯੰਗ ਏਜ ਦੇ ਵਿੱਚ ਇੰਨੀ ਮਿਹਨਤ, ਇੰਨੇ ਪੈਸ਼ਨ ਦੇ ਨਾਲ ਕੰਮ ਕਰਨਾ, ਅਤੇ ਨੈਚੁਰਲੀ ਹੈ ਕਿਸੇ ਦਾ ਪਿਆਰ ਜਿਹੜਾ ਉਹ ਪੰਜਾਬੀਆਂ ਦੇ ਨਾਲ, ਅਤੇ ਉਹ ਤਾਂ ਵੈਸੇ ਪੰਜਾਬੀ ਦਿਲ 'ਤੇ ਬੜੇ ਖੁੱਲ੍ਹੇ ਡੁੱਲੇ ਨੇ ਜੀ। ਜੈਸ ਜੀ, ਸੁਪਰ ਸਟਾਰ ਦੇ ਵਿੱਚ ਇੱਕ ਛੋਟਾ ਜਿਹਾ ਗੇਮ ਵੀ ਹੈ ਜਿਹਦਾ ਨਾਮ ਹੈ ਰੈਪਿਡ ਫਾਇਰ ਰਾਊਂਡ, ਅਤੇ ਉਹਦੇ ਵਿੱਚ ਅਸੀਂ ਤੁਹਾਨੂੰ ਇੱਕ ਵਰਡ ਦੇ ਵਿੱਚ ਜਿਹੜਾ ਉਹ ਸਵਾਲ ਕਰਾਂਗੇ, ਅਤੇ ਤੁਸੀਂ ਆਨਸਰ ਜਿਹੜਾ ਦੇਣਾ ਉਹ ਇੱਕ ਵਰਡ ਦੇ ਵਿੱਚ ਹੀ ਦੇਣਾ। ਠੀਕ ਹੈ। ਜੈਸ ਧਾਮੀ। ਜਸਵਿੰਦਰ ਸਿੰਘ ਧਾਮੀ। ਯੋਰ ਡੈਡ। ਗ੍ਰੇਟ, ਦ ਗ੍ਰੇਟੈਸਟ। ਭੰਗੜਾ ਮਿਊਜ਼ਿਕ। ਦ ਬੈਸਟ। ਅਮਨ ਹੇਰ। ਵਧੀਆ। ਹਨੀ ਸਿੰਘ। ਉਹ ਵੀ ਵਧੀਆ। ਜੈ ਸ਼੍ਰੀ ਸ਼ਿਵਰਾਮ। ਬਹੁਤ ਅੱਛੇ ਗੁਰੂ। ਪੰਜਾਬ। ਦ ਬੈਸਟ। ਪੰਜਾਬ ਇਜ਼ ਦ ਬੈਸਟ। ਰੋਮਾਂਸ। ਜ਼ਿੰਦਗੀ ਵਿੱਚ ਹੋਣਾ ਚਾਹੀਦਾ। ਮਨੀ। ਵੀ ਓ ਨੀਡ ਮਨੀ, ਜ਼ਰੂਰੀ ਆ। ਫੇਮ। ਬਹੁਤ ਅੱਛਾ ਲੱਗਦਾ। ਫਰੈਂਡਸ਼ਿਪ। ਵੈਰੀ ਗੁੱਡ ਫਰੈਂਡਸ਼ਿਪ ਹੋਣੀ ਬਹੁਤ ਜ਼ਰੂਰੀ ਹੈ। ਸੋ ਆਈ ਵੁੱਡ ਸੇ ਵੈਰੀ ਇੰਪੋਰਟੈਂਟ। ਫਿਟਨੈਸ। ਆਬਵੀਅਸਲੀ ਵੈਰੀ ਇੰਪੋਰਟੈਂਟ। ਜੀ, ਤੁਸੀਂ ਸਾਰੇ ਹੀ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਨੇ ਬਹੁਤ ਹੀ ਵਧੀਆ ਦਿੱਤੇ ਨੇ, ਅਤੇ ਉਹਦੇ ਲਈ ਤੁਹਾਨੂੰ ਪੀਟੀਸੀ ਦੀ ਟੀਮ ਵੱਲੋਂ ਇਹ ਬਹੁਤ ਹੀ ਪਿਆਰਾ ਜਿਹਾ ਗਿਫਟ, ਤਾਂ ਕਿ ਤੁਹਾਨੂੰ ਯਾਦ ਰਹੇ ਤੁਸੀਂ ਸਾਡੇ ਕੋਲ। ਥੈਂਕ ਯੂ ਵੈਰੀ ਮੱਚ। ਕੋਲ ਕੇ ਸਾਰੇ ਦਿਖਾਣਾ ਜੀ ਕਿ ਨਹੀਂ ਬਿਲਕੁਲ ਨਹੀਂ। ਸੋ ਵਿਸ਼ ਯੂ ਆਲ ਦਾ ਬੈਸਟ ਫੋਰ ਯੋਰ ਫਿਊਚਰ ਐਂਡ ਤੁਹਾਡੇ ਨਵੇਂ ਸੌਂਗ ਦੇ ਲਈ, ਨਵੇਂ ਟਰੈਕ ਦੇ ਲਈ ਵਿਸ਼ ਯੂ ਗੁੱਡ ਲੱਕ। ਐਂਡ ਪੀਟੀਸੀ ਸੁਪਰ ਸਟਾਰ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਧੰਨਵਾਦ। ਥੈਂਕ ਯੂ ਤੁਹਾਨੂੰ ਸਾਰਿਆਂ ਨੇ ਮੇਰੇ ਵੱਲੋਂ ਪਿਆਰ ਭਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮੱਚ ਫੋਰ ਯੋਰ ਸਪੋਰਟ। ਦੋਸਤੋ, ਇਹ ਸੀ ਖਾਸ ਮੁਲਾਕਾਤ ਜੈਸ ਧਾਮੀ ਜੀ ਦੇ ਨਾਲ। ਸੋ ਅਗਲੇ ਐਪੀਸੋਡ ਵਿੱਚ ਫੇਰ ਮਿਲਾਂਗੇ ਤੁਹਾਡੇ ਆਪਣੇ ਪਸੰਦੀਦਾ ਫੇਵਰੇਟ ਸੁਪਰ ਸਟਾਰ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਕੀਪ ਵਾਚਿੰਗ ਪੀਟੀਸੀ ਸੁਪਰ ਸਟਾਰ, ਪੀਟੀਸੀ ਪੰਜਾਬੀ।